जी आ रही है फोटो? हां जी सर आ रही है। मैं तो सर ਤੁਹਾਨੂੰ ਇਹ ਪੁੱਛਣਾ ਸੀ ਕਿ ਵੀ ਤੁਹਾਡਾ ਵਰਕ ਪਰਮਿਟ ਕਿਸ ਤਰ੍ਹਾਂ ਲੱਗਿਆ ਕਿ ਕੀ ਤੁਹਾਡਾ ਐਕਸਪੀਰੀਅੰਸ ਹੈ, 2 ਮਿੰਟ ਅਗਰ ਲੈ ਕੇ ਤੁਸੀਂ ਦੱਸੋਗੇ ਤੇ ਵੈਰੀ ਥੈਂਕਫੁਲ ਟੂ ਯੂ। हां जी सर, मैं पहला सर जब मेरी वाइफ ਦਾ ਵੀਜ਼ਾ ਆਇਆ ਸੀਗਾ ਸਟੱਡੀ ਉਸ ਟਾਈਮ ਅਪਲਾਈ ਕੀਤਾ ਸੀਗਾ ਆਪਾਂ ਓਕੇ ਅਗਸਤ ਵਿੱਚ। ਓਕੇ हां जी, ਤੇ ਉਦੋਂ ਵਾਲੀ ਮੇਰੀ ਵਾਈਫ ਇੱਥੇ ਹੀ ਸੀਗੀ ਜਦੋਂ ਆਪਾਂ ਅਪਲਾਈ ਕੀਤਾ ਸੀਗਾ ਜੀ। ਹਾਂ ਉਹ ਤੋਂ ਬਾਅਦ ਵਾਈਫ ਚੱਲ ਗਈ ਸੀਗੀ, ਆਪਾਂ ਇੱਥੋਂ ਉਹਨਾਂ ਦੇ ਹੋਣ ਤੇ ਹੀ ਅਪਲਾਈ ਕਰ ਲਿਆ ਸੀਗਾ ਜੀ ਵੀਜ਼ਾ। ਉਹ ਤੋਂ ਬਾਅਦ ਆਪਾਂ 4-5 ਮਹੀਨੇ ਵੇਟ ਕੀਤੀ ਪਰ ਬਹੁਤ ਲੇਟ ਹੋ ਗਿਆ ਸੀਗਾ। ਐਂਡ ਟਾਈਮ ਦਸੰਬਰ 'ਚ ਜਾ ਕੇ ਸਾਡੀ ਰਿਫਿਊਜ਼ਲ ਆਈ ਸੀਗੀ। ਓਕੇ ਹਾਂਜੀ, ਤੇ ਰਿਫਿਊਜ਼ਲ ਤੋਂ ਬਾਅਦ ਸਰ ਤੁਸੀਂ ਅਪੀਲ ਲਾਈ ਸੀਗੀ ਵੀ ਤੁਸੀਂ ਕਿਉਂ ਰਿਫਿਊਜ਼ ਕੀਤਾ ਹੈ, ਤੇ ਉਹਦਾ ਸਾਨੂੰ 1-1 ਮਹੀਨੇ ਦੇ ਵਿੱਚ ਵਿੱਚ ਮਤਲਬ ਕਿ ਰਿਸਪੌਂਸ ਆ ਗਿਆ ਸੀਗਾ, ਉਹਨਾਂ ਨੇ ਅਸੈਪਟ ਕਰ ਲਿਆ ਸੀਗਾ ਜੀ, ਤੇ ਸਾਡਾ ਪਾਸਵਰਡ ਰਿਕੁਐਸਟ ਮੰਗਵਾ ਲਈ ਸੀਗੀ। ਇਹਦੇ ਇਹਦੇ ਬਾਰੇ ਮੈਂ 2 ਸ਼ਬਦ ਕਹਿਣੇ ਆ, ਜੇ ਤੁਸੀਂ ਮੈਨੂੰ ਅਗਰ ਪਰਮਿਸ਼ਨ ਦਿਓਗੇ ਤੇ ਮੈਂ ਜਰੂਰ ਕਹਾਂਗਾ। ਐਕਚੁਅਲੀ ਹੋਇਆ ਕੀ ਕਿ ਤੁਹਾਡੀ ਐਪਲੀਕੇਸ਼ਨ ਨੂੰ 6 ਮਹੀਨੇ ਲੱਗੇ, ਕਰੀ ਕਰੀ 6 ਤੋਂ 6 ਮਹੀਨੇ ਲੱਗੇ, ਥੋੜਾ ਪੈਂਡਿੰਗ ਵਿੱਚ ਚਲਾ ਗਿਆ। ਠੀਕ ਹੈ, ਹਾਂਜੀ ਹਾਂਜੀ ਸਰ। ਤੇ ਫਿਰ ਇਮੀਡੀਏਟਲੀ ਇੱਕ ਰਿਫਿਊਜ਼ਲ ਆ ਗਈ, ਅਸੀਂ ਵੀ ਵਰੀਡ ਹੋ ਗਏ, ਮੈਨੂੰ ਵੀ ਥੋੜਾ ਜਿਹਾ, ਮੈਨੂੰ ਵੀ ਸੈਟਬੈਕ ਲੱਗਿਆ ਕਿ ਵੀਜ਼ਾ ਕਦੋਂ ਹੋ ਗਿਆ। ਤੋ ਨਾਰਮਲੀ ਮੈਂ ਲੋਕਾਂ ਨੂੰ ਕਹਿੰਦਾ ਕਿ ਵੀ ਤੁਸੀਂ ਪ੍ਰਿਪੇਅਰ ਰਹੋ, ਰਿਫਿਊਜ਼ਲ ਹੈ, ਰਿਫਿਊਜ਼ਲ ਆ ਵੀ ਸਕਦੀ। ਮੇਰੇ ਮੈਂ ਮੇਰੇ ਹੱਥ 'ਚ ਕੋਈ ਜਾਦੂ ਕਲਮ ਨਹੀਂ ਹੈ ਕਿ ਵੀ ਮੇਰੇ ਸਾਰੇ ਵੀਜ਼ਾ ਐਪਲੀਕੇਸ਼ਨ ਅਪਰੂਵ ਹੋਣਗੇ। ਸੋ ਮੇਰੀ ਸਟ੍ਰੈਟਜੀ ਇਹੀ ਸੀ ਕਿ ਮੈਂ ਕੇਸ ਫਾਈਲ ਕੀਤਾ ਤੁਹਾਡੇ ਲਈ, ਜਿਹੜੇ GCMS ਨੋਟਸ ਕਹਿੰਦੇ, ਜਿਹੜੇ ਕੈਪਸ ਨੋਟਸ। ਠੀਕ ਹੈ, ਹਾਂਜੀ ਹਾਂਜੀ ਸਰ। ਕੈਪਸ ਕੈਪਸ ਨੋਟਸ ਫਾਈਲ ਕਰਕੇ ਸਾਨੂੰ ਪਤਾ ਲੱਗਿਆ ਕਿ ਵੀਜ਼ਾ ਆਫੀਸਰ ਨੇ ਗਲਤੀ ਕੀਤੀ ਹੈ। ਤੁਸੀਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਵੀਜ਼ਾ ਆਫੀਸਰ ਵੀ ਗਲਤੀ ਕਰਦੇ ਹੈ। ਤੇ ਆਪਾਂ ਸੋਚਦੇ ਹਾਂ ਕਿ ਵੀਜ਼ਾ ਆਫੀਸਰ ਨੇ ਇੱਕ ਵਾਰ ਡਿਸੀਜਨ ਦਿੱਤਾ ਜੀ, ਹੋ ਗਿਆ ਜੀ ਫਾਈਨਲ, ਦੈਟਸ ਨਾਟ ਗੋਇੰਗ ਟੂ, ਦੈਟਸ ਇਜ਼ ਨਾਟ ਟਰੂ। ਵੀਜ਼ਾ ਆਫੀਸਰ ਨੇ ਗਲਤੀ ਕੀਤੀ, ਮੈਨੂੰ ਪਤਾ ਗਲਤੀ ਕੀ, ਉਹਨਾਂ ਨੇ ਤੁਹਾਡਾ ਡਾਕੂਮੈਂਟ ਜਿਹੜਾ ਕਾਲਜ ਲੈਟਰ ਦਾ ਡਾਕੂਮੈਂਟ ਪੜਿਆ ਹੀ ਨਹੀਂ ਉਹਨਾਂ ਨੇ ਠੀਕ ਤਰੀਕੇ ਨਾਲ ਕਿ ਬਈ ਵਾਈਫ ਪੜ ਵੀ ਰਹੀ ਹੈ ਕਿ ਨਹੀਂ ਹੈ। ਸੋ ਮੈਂ ਇਮੀਡੀਏਟਲੀ ਇਮੀਡੀਏਟਲੀ ਤੁਹਾਡੀ ਵਾਈਫ ਨੂੰ ਦੱਸਿਆ ਕਿ ਬਈ ਇਸ ਤਰ੍ਹਾਂ ਇਸ ਤਰ੍ਹਾਂ ਗਲਤੀ ਮੈਨੂੰ ਪਤਾ ਲੱਗੀ ਹੈ ਕਿ ਮੈਂ ਤੁਹਾਡੇ ਐਪਲੀਕੇਸ਼ਨ ਨੂੰ ਦੁਬਾਰਾ ਕਰਾਂਗਾ। ਯਾਦ ਹੈ ਸ਼ਾਇਦ ਮੇਰੇ ਖਿਆਲ ਦੀ, ਹਾਂ ਮੈਂ ਤੁਹਾਡੀ ਐਪਲੀਕੇਸ਼ਨ ਨੂੰ ਦੁਬਾਰਾ ਕਰਾਂਗਾ। ਤੇ ਉੱਥੋਂ ਜਵਾਬ ਨਹੀਂ ਆਇਆ ਕਿਉਂਕਿ ਇਟ ਇਜ਼ ਨੈਚੁਰਲ ਕਿ ਜਦ ਵੀਜ਼ਾ ਰਿਫਿਊਜ਼ ਹੁੰਦਾ ਤੇ ਮਾਇੂਸ ਹੋ ਜਾਂਦੇ ਇੱਕ ਮਿੰਟ ਲਈ। ਪਰ ਮੈਂ ਇੱਕ ਵੀਜ਼ਾ ਆਫੀਸਰ ਨੂੰ ਇੱਕ ਈਮੇਲ ਲਿਖੀ ਕਿ ਤੁਸੀਂ ਇਸ ਤਰ੍ਹਾਂ ਰਿਫਿਊਜ਼ ਕੀਤਾ ਹੈ ਵੀਜ਼ਾ, ਮੈਂ ਸਮਝਦਾ ਕਿ ਅਕੋਰਡਿੰਗ ਟੂ ਕਾਨੂੰਨ ਇਹ ਗਲਤ ਹੈ, ਤੁਸੀਂ ਇਹਨੂੰ ਦੁਬਾਰਾ ਰਿਵਿਊ ਕਰੋ। ਉਹਨਾਂ ਨੂੰ ਰਿਵਿਊ ਕਰਦੇ ਕਰਦੇ ਕਰੀਬ ਕਰੀਬ 2 ਹਫ਼ਤੇ ਜਾਂ 3 ਹਫ਼ਤੇ ਲੱਗ ਗਏ, ਮਤਲਬ ਮੋਰ ਔਰ ਲੈਸ। ਹਾਂਜੀ ਹਾਂਜੀ ਸਰ। ਜਦ ਤੱਕ ਉਹ ਉਹਨਾਂ ਨੂੰ ਪਤਾ ਲੱਗਾ ਕਿ ਗਲਤੀ ਸਹੀ ਹੈ, ਵੈਲਿਡ ਹੈ, ਉਹਨਾਂ ਨੇ ਵੀਜ਼ਾ ਉੱਥੋਂ ਤੁਹਾਨੂੰ ਪਾਸਪੋਰਟ ਰਿਕੁਐਸਟ ਭੇਜਤੀ ਕਿ ਹਾਂ ਠੀਕ ਹੈ ਗਲਤੀ ਮੰਨ ਗਏ, ਮਤਲਬ ਮੰਨ ਗਏ ਉਹਨੇ ਗਲਤੀ ਕਿ ਬੇਸ ਤੁਹਾਨੂੰ ਦੇ ਰਹੇ ਹਾਂ, ਤੇ ਮੁੜ ਕੇ ਤੁਹਾਡੇ ਵੱਲੋਂ ਕਿਸੇ ਹੋਰ ਕੰਸਲਟੈਂਟ ਨੂੰ ਚਲੇ ਗਏ, ਇਜ਼ ਦੈਟ ਰਾਈਟ? ਹਾਂਜੀ ਹਾਂਜੀ ਸਰ। ਹਾਂ ਦੇਖੋ, ਕਿਉਂਕਿ ਮੇਰੇ ਖਿਆਲ ਹੈ ਕਿ ਅਗਰ ਤੁਸੀਂ, ਮੈਂ ਇੱਕ ਤੇ ਐਕਚੁਅਲੀ ਇਹ ਬਿਜ਼ਨਸ ਹੈ, ਆਪਾਂ ਵੀ ਦਾਲ ਫੁਲਕਾ ਕਮਾਉਣਾ ਹੈ, ਠੀਕ ਹੈ, ਆਈ ਐਮ ਵਰਕਿੰਗ ਹਾਰਡ ਕਿ ਵੀ ਤੁਹਾਡਾ ਕੰਮ ਹੋਏ, ਲੇਕਿਨ ਹਾਂਜੀ ਆਈ ਅੰਡਰਸਟੈਂਡ ਕਿ ਤੁਸੀਂ ਪਹਿਲਾਂ ਭਰੋਸਾ ਕੀਤਾ ਲੇਕਿਨ ਭਰੋਸਾ ਟੁੱਟ ਗਿਆ ਜਿਹੜੇ ਸੈਕਿੰਡ ਐਪਲੀਕੇਸ਼ਨ ਫਸਟ ਰਿਫਿਊਜ਼ਲ ਬਾਅਦ। ਮੈਂ ਕਲਾਇੰਟਾਂ ਨੂੰ ਸਿਰਫ ਇੰਨਾ ਕਹਿੰਦਾ ਕਿ ਵੀ ਤੁਸੀਂ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਮੇਰੇ ਤੇ ਭਰੋਸਾ ਕਰੋ, ਕੌਨਫੀਡੈਂਸ ਰੱਖੋ, ਜੋ ਵੀ ਮੈਂ ਕਰਾਂਗਾ ਕਾਨੂੰਨ ਨਾਲ ਕਰਾਂਗਾ, ਜੋ ਵੀ ਮੈਂ ਕਰਾਂਗਾ ਤੁਹਾਡੇ ਹਿੱਤ ਨੂੰ ਲੈ ਕੇ ਕਰਾਂਗਾ। ਮੇਰਾ ਪਰਪਸ ਹੈ ਕਿ ਤੁਸੀਂ ਅਗਰ ਮੈਨੂੰ 2 ਪੈਸੇ ਦੇ ਰਹੇ ਹੋ ਤੇ ਤੁਹਾਡਾ ਕੰਮ ਹੋਣਾ ਚਾਹੀਦਾ ਮੇਰੇ ਥਰੂ। ਅਗਰ ਮੇਰੇ ਥਰੂ ਅਗਰ ਕੋਈ ਵੀਜ਼ਾ ਰਿਫਿਊਜ਼ ਹੋ ਗਿਆ, ਆਈ ਫੀਲ ਗਿਲਟੀ, ਮੈਨੂੰ ਅੰਦਰੋਂ ਮਤਲਬ ਮੈਨੂੰ ਬਹੁਤ ਹੀ ਖਰਾਬ ਲੱਗਦਾ ਕਿ ਮੇਰੇ ਵੱਲੋਂ ਕੋਈ ਗਲਤੀ ਹੋ ਗਈ ਹੈ, ਸ਼ਾਇਦ ਕਿ ਵੀਜ਼ਾ ਰਿਫਿਊਜ਼ ਹੋ ਗਿਆ, ਦੈਨ ਆਈ ਵਿਲ ਰਿਫੰਡ ਦ ਮਨੀ। ਮੈਂ ਕਈ ਵਾਰ ਲੋਕਾਂ ਨੂੰ ਪੈਸੇ ਵੀ ਰਿਫੰਡ ਕੀਤੇ ਕਿ ਮੇਰੀ ਗਲਤੀ ਹੋ ਗਈ। ਬਟ ਚਲੋ, ਐਨੀਵੇ, ਜੋ ਕੁਛ ਹੋਇਆ ਸੋ ਵਧੀਆ ਹੋਇਆ, ਤੇ ਵੀਜ਼ਾ ਤੁਹਾਡਾ ਆ ਗਿਆ, ਤੇ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ। ਤੁਸੀਂ ਹੁਣ ਕੈਨੇਡਾ ਨੂੰ ਜਾ ਰਹੇ ਹੋ ਕੁਛ ਦਿਨਾਂ ਬਾਅਦ, ਤੇ ਕੈਨੇਡਾ ਦੀ ਖੁਸ਼ਹਾਲੀ ਤੁਹਾਡਾ ਉਡੀਕ ਕਰਦੀ ਹੈ। ਤੇ ਤੁਸੀਂ ਜਾ ਰਹੇ ਹੋ, ਮੇਰੇ ਖਿਆਲ ਟੋਰਾਂਟੋ ਜਾ ਰਹੇ ਹੋ ਨਾ ਸ਼ਾਇਦ? ਹਾਂਜੀ ਸਰ, ਟੋਰਾਂਟੋ ਜਾਵਾਂਗਾ, ਉੱਥੋਂ ਫਿਰ ਨਾਇਗਰਾ ਜਾਵਾਂਗਾ ਜੀ ਵਾਈਫ ਕੋਲ। ਦੈਟਸ ਰਾਈਟ, ਦੈਟਸ ਓਕੇ ਓਕੇ। ਤੇ ਚਲੋ, ਅਗਲੇ ਮਹੀਨੇ ਅਗਲੇ ਅਗਲੇ ਮੈਂ ਵੀ ਪਹੁੰਚ ਜਾਣਾ ਐਡਮੰਟਨ, ਜਦ ਕਦੀ ਐਡਮੰਟਨ ਆਓਗੇ ਤੇ ਜੀ ਸੱਦ ਕੇ ਤੁਸੀਂ ਆਓ, ਯੂ ਆਰ ਮੋਸਟ ਵੈਲਕਮ। ਤੇ ਬਾਕੀ ਅਗਰ ਇਫ ਆਈ ਐਮ ਇਨ ਦ ਟੋਰਾਂਟੋ ਏਰੀਆ, ਆਈ ਵਿਲ ਗਿਵ ਯੂ ਅ ਕਾਲ ਟੂ ਟਾਕ ਟੂ ਯੂ ਐਂਡ ਮੀਟ ਯੂਰ ਵਾਈਫ ਐਸ ਵੈਲ। ਸੋ ਜੋ ਹੋਇਆ ਸੋ ਅੱਛਾ ਹੋਇਆ, ਤੇ ਮੈਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵਧਾਈਆਂ ਦੇ ਰਿਹਾ ਕਿ ਤੁਹਾਡਾ ਕੰਮ ਹੋ ਗਿਆ। ਤੇ ਸਿਰਫ ਮੈਂ ਇੱਕ ਗੱਲ ਕਹਿਣੀ ਸੀ ਤੁਹਾਨੂੰ ਵੀ ਤੇ ਹੋਰ ਬਾਕੀ ਜਿਹੜੇ ਲੋਕ ਦੇਖ ਰਹੇ ਹੈ ਕਿ
ਕਿ ਵੀਜ਼ਾ ਆਫਿਸਰ ਵੀਜ਼ਾ ਜਿਹੜੇ ਨਿਊ ਦਿੱਲੀ ਵੀਜ਼ਾ ਹਾਈ ਕਮਿਸ਼ਨ ਹੈ ਨਾ ਉੱਥੇ ਇੱਕ ਵੀਜ਼ਾ ਆਫਿਸਰ ਨਹੀਂ ਉੱਥੇ ਮੈਂ ਸਮਝਦਾ ਕਿ ਐਟਲੀਸਟ 20 ਪਲੱਸ ਵੀਜ਼ਾ ਆਫਿਸਰ ਨੇ ਹਾਂਜੀ ਹਾਂਜੀ ਇਹ ਸਾਨੂੰ ਨਹੀਂ ਪਤਾ ਕਿ ਕਿਹੜਾ ਆਫਿਸਰ ਤੁਹਾਡੀ ਐਪਲੀਕੇਸ਼ਨ ਦੇਖੇਗਾ ਜਾਂ ਇੰਟਰਵਿਊ ਆਏਗਾ ਤੇ ਇੰਟਰਵਿਊ ਕੌਣ ਕਰੇਗਾ ਦੇ ਵਿਲ ਮੇਕ ਮਿਸਟੇਕਸ ਸਮਟਾਈਮਸ ਮਿਸਟੇਕਸ ਆਰ ਡਨ ਮਿਸਟੇਕਸ ਨੂੰ ਦੇਖਣ ਦਾ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਉਹਦੇ ਕੈਪਸਨੋਸ ਆਰਡਰ ਕਰੋ ਤੇ ਕੈਪਸਨੋਸ ਦੇ ਥਰੂ ਇੱਕ ਐਕਸਰੇ ਹੁੰਦਾ ਪਤਾ ਲੱਗਦਾ ਕਿ ਵੀ ਅੰਦਰ ਕੀ ਬਿਮਾਰੀ ਹੋ ਗਈ ਸੋ ਫਿਰ ਆਪਾਂ ਦੁਬਾਰਾ ਕਰ ਸਕਦੇ ਕਈ ਵਾਰ ਲੋਕੀ ਜਿਹੜਾ ਭਰੋਸਾ ਛੱਡ ਜਾਂਦੇ ਕਿ ਵੀ ਹਾਂ ਜੀ ਮੇਰਾ ਹੋ ਗਿਆ ਰਿਫਿਊਜੀ ਹੁਣ ਕੀ ਹੋਇਆ ਜੀ ਪੈਸਾ ਖਰਾਬ ਹੋ ਗਿਆ ਫਲਾਨਾ ਹੋ ਗਿਆ ਮੈਂ ਕਿਹਾ ਵੀ ਹੌਸਲਾ ਰੱਖੋ ਵੇਟ ਕਰੋ ਜੇ ਤੁਹਾਡੀ ਅਗਰ ਮੈਰਿਜ ਜੈਨੂਅਨ ਹੈ ਜੇ ਰਿਸ਼ਤਾ ਅਗਰ ਜੈਨੂਅਨ ਹੈ ਆਈ ਵਿਲ ਅਪਲਾਈ ਸੈਕਿੰਡ ਟਾਈਮ ਮੈਂ ਤੁਹਾਡੇ ਲਈ ਦੁਬਾਰਾ ਅਪਲਾਈ ਕਰਾਂਗਾ ਸੋ ਟੇਕ ਇਟ ਈਜ਼ੀ ਬਟ ਇਟ ਇਜ਼ ਹਿਊਮਨ ਸਾਈਕੋਲੋਜੀ ਸੋ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਵਧਾਈਆਂ ਤੁਹਾਨੂੰ ਆਪਣੇ ਓਪਨ ਵਰਕ ਪਰਮਿਟ ਜਿਹੜਾ ਮਿਲਿਆ ਤੇ ਤੁਸੀਂ ਮੇਰੇ ਖਿਆਲ ਬੜੀ ਮੇਰੇ ਖਿਆਲ ਅਗਲੇ ਕੁਛ ਦਿਨਾਂ 'ਚ ਤੁਸੀਂ ਕੈਨੇਡਾ ਦੇ ਕੁਛ ਕਰ ਰਹੇ ਹੋ ਉਸੇ ਸੋ ਮੌਸਮ ਵੀ ਉੱਥੇ ਵਧੀਆ ਤੁਹਾਨੂੰ ਠੰਡ ਦੇ ਨਜ਼ਾਰੇ ਤੁਹਾਨੂੰ ਮਿਲਣਗੇ ਉੱਥੇ ਸੋ ਆਈ ਹੋਪ ਯੂ ਗੁੱਡ ਲੱਕ ਐਂਡ ਆਈ ਵਿਲ ਮੀਟ ਯੂ ਲੇਟਰ ਠੀਕ ਹੈ ਜੀ ਦੂਜੀ ਵਾਰ ਵੀ ਪਤਾ ਲੱਗ ਗਿਆ ਜੀ ਅੰਬੈਸੀ ਤੋਂ ਵੀ ਗਲਤੀ ਹੋ ਜਾਂਦੀ ਹੈ ਹੁਣ ਮੇਲ ਆਈ ਹੈ ਜਿਹੜੀ ਸਾਨੂੰ ਸਟੂਡੈਂਟ ਅਪਰੂਵਲ ਵਾਲੀ ਭੇਜ ਦਿੱਤੀ ਹੈ ਤੁਸੀਂ ਹੁਣ ਦੇਖ ਲਓ ਕਿ ਇੰਨਾ ਵੱਡਾ ਮਹਿਕਮਾ ਹੈ ਉੱਥੇ ਵੱਡੇ ਵੱਡੇ ਅਫਸਰ ਕੰਮ ਕਰ ਰਹੇ ਹੈ ਮਤਲਬ ਤੁਹਾਡਾ ਵੀਜ਼ਾ ਲੱਗਿਆ ਵਰਕ ਵੀਜ਼ਾ ਲੱਗਿਆ ਵਰਕ ਵੀਜ਼ਾ ਲੱਗਿਆ ਲੇਕਿਨ ਉਹ ਜੇ ਇੱਕ ਕੰਪਿਊਟਰ ਜਨਰੇਟਡ ਈਮੇਲ ਤੁਹਾਨੂੰ ਭੇਜ ਰਿਹਾ ਕਿ ਵੀ ਥੈਂਕ ਯੂ ਵੈਲਕਮ ਟੂ ਸਟੱਡੀ ਵੀਜ਼ਾ ਦੇਖੋ ਉਹਨਾਂ ਨੂੰ ਕਹੋ ਵੀ ਤੁਸੀਂ ਦੇਖ ਤੇ ਪੜ੍ਹਦੇ ਲਓ ਕਰ ਕੀ ਰਹੇ ਹੋ ਤੁਸੀਂ ਹਾਂਜੀ ਹਾਂਜੀ ਸਰ ਮਤਲਬ ਕਿ ਆਪਾਂ ਸੋਚਦੇ ਹਾਂ ਕਿ ਵੀ ਉੱਥੇ ਬਹੁਤ ਵਧੀਆ ਫੂਲ ਪਰੂਫ ਬੈਠੇ ਯੂ ਨੈਵਰ ਨੋ ਕਿ ਕਿੱਥੋਂ ਗਲਤੀ ਹੋ ਸਕਦੀ ਹੈ ਕਿਸ ਤਰ੍ਹਾਂ ਹੋ ਜਾਏਗੀ ਆਈ ਮੀਨ ਇਟ ਇਜ਼ ਮਾਈਂਡ ਬੋਗਲਿੰਗ ਕਿ ਵੀ ਕਿਸ ਤਰ੍ਹਾਂ ਦੀ ਗਲਤੀ ਉਹ ਕਰ ਵੀ ਸਕਦੇ ਹਾਂ ਪਰ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਗਲਤੀ ਦਾ ਕੀ ਕਰਨਾ ਹੈ ਦੇ ਵਿਲ ਸਫਰ ਕਈ ਮੈਨੂੰ ਮਿਲਦੇ ਐਕਚੁਅਲੀ ਮੈਂ ਲੁਧਿਆਣੇ ਤੋਂ ਆਇਆ ਦੋ ਦਿਨ ਹੋ ਗਏ ਮੈਨੂੰ ਆਏ ਹੋਏ ਤੇ ਮੈਨੂੰ ਕਈ ਮਿਲੇ ਮੇਰਾ ਦਿਲ ਹੀ ਚਾਹੁੰਦਾ ਕਿ ਮੈਂ ਮਤਲਬ ਕਿੰਨਾ ਪਰੇਸ਼ਾਨ ਹੋਇਆ ਉਹਨਾਂ ਲਈ ਕਿਵੇਂ ਮਤਲਬ ਜਦੋਂ ਮੈਨੂੰ ਮਿਲੇ ਤੇ ਆਲਰੇਡੀ ਉਹਨਾਂ ਤੇ ਬੈਨ ਲੱਗੀ ਸੀ 5-year ਬੈਨ ਹੁੰਦਾ ਨਾ 5-year ਬੈਨ ਉਹਨਾਂ ਤੇ ਕੇਸ ਦੇ ਵਿੱਚ 5-year ਬੈਨ ਆਲਰੇਡੀ ਲੱਗਿਆ ਹੋਇਆ ਸੀ ਕਿ ਕੋਈ ਉਹਨਾਂ ਨੇ ਕੋਈ ਗਲਤ ਬਿਆਨ ਨਹੀਂ ਕਰਤੀ ਆ ਕੋਈ ਡਿਸਹੋਨੈਸਟ ਵੱਡੇ ਵੱਡੇ ਡਾਕੂਮੈਂਟ ਫਰੋਡ ਹੈ ਸੋ ਗਲਤੀ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਗਲਤੀ ਕਿਹੜੀ ਕਰ ਰਹੇ ਹਾਂ ਲੇਕਿਨ ਬਾਏ ਦ ਟਾਈਮ ਵੀ ਕਮ ਟੂ ਨੋ ਇਟਸ ਆਲ ਦੀ ਟੂ ਲੇਟ ਠੀਕ ਥੈਂਕ ਯੂ ਵੈਰੀ ਮੱਚ ਗੁੱਡ ਲੱਕ ਫੋਰ ਯੋਰ ਫਿਊਚਰ ਐਂਡ ਆਈ ਵਿਸ਼ ਯੂ ਵੈਲ ਆਲਰਾਈਟ ਥੈਂਕ ਯੂ ਵਾਹਿਗੁਰੂ ਬਹੁਤ 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 ਤਰੱਕੀ ਬਖਸ਼ੇ ਤੁਹਾਨੂੰ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਸਰ ਜੀ ਤੁਸੀਂ ਤੁਹਾਡੇ ਓਕੇ ਬਾਏ